ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਦੋਸਤੋ? ਉਮੀਦ ਕਰਦਾ ਸਾਰੇ ਹੀ ਭੈਣ ਭਰਾ ਤੁਸੀਂ ਤੰਦਰੁਸਤ ਹੋਵੋਗੇ। ਇਸ ਵੀਡੀਓ ਵਿੱਚ ਜਿਹੜੀ ਗੱਲ ਕਰਨ ਜਾ ਰਹੇ ਹਾਂ ਆਪਾਂ, ਜਿਹੜੀਆਂ 59-94 ਵੈਕੈਂਸੀ ਸਨ ETT ਦੀਆਂ ਜੀ, ਉਹਨਾਂ ਦੇ ਜਿਹੜੇ ਇਗਜ਼ਾਮ ਏ ਹੋਣਾ, ਪੇਪਰ 1 ਕੀ ਬੰਨ ਹੋਣਾ ਗਾ, ਉਹਦੀ ਜਿਹੜੀ ਫੀਸ ਬਾਰੇ। ਠੀਕ ਆ ਜੀ, ਤਾਂ ਫੀਸ ਦੀ ਤੁਹਾਨੂੰ ਪਹਿਲਾਂ ਇੱਕ ਵਾਰੀ ਨੋਟੀਫਿਕੇਸ਼ਨ ਮੈਂ ਦੱਸਦਾ, ਆਪਾਂ ਦੇਖ ਲੈਂਦੇ ਹਾਂ ਇੱਕ ਵਾਰੀ ਫੀਸ ਦੀ ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਅਪਲਾਈ ਕਰਾਂਗੇ। ਜੋ ਉਮੀਦਵਾਰ ਕੀ ਕਹਿੰਦੇ ਨੇ ਜੀ, 14-6-2024 ਤੋਂ ਲੈ ਕੇ 21-6 ਤੱਕ ਜਿਹੜਾ ਫੀਸ ਜਮ੍ਹਾਂ ਕਰਵਾ ਸਕਦੇ ਨੇ। ਇਹਦੇ ਤਰੀਕਾਂ ਪਹਿਲਾਂ ਯਾਦ ਰੱਖ ਲਓ, 21 ਤੱਕ ਫਾਰਮ ਯਾਨੀ ਕਿ ਫੀਸ ਭਰਨੀ ਹੈ ਆਪਾਂ ਨੇ ਇਕੱਲੀ, ਜਿਹੜੀ ਜਨਰਲ ਕੈਟਾਗਰੀ ਵਾਲੇ ਨੇ ਜੀ, ਅਤੇ ਹੋਰ ਕੈਟਾਗਰੀ ਵਾਲੇ 800 ਰੁਪਏ ਫੀਸ ਹੈ। ਇਸ ਤਰ੍ਹਾਂ ਜੋ SC ST ਦੇ ਵਿੱਚ ਨੇ, ਇਹਨਾਂ ਨੂੰ 400 ਫੀਸ ਹੈ। ਜੋ ਸਾਬਕਾ ਫੌਜੀ ਹਨ, ਜਿਹਨਾਂ ਨੂੰ ਕੋਈ ਫੀਸ ਨਹੀਂ ਹੈਗੀ ਜੀ। ਇਸ ਤਰ੍ਹਾਂ ਜੋ ਸਾਬਕਾ ਸੈਨਿਕ ਡਿਪੈਂਡੈਂਟ ਨੇ ਜੀ, ਰਿਜ਼ਰਵ ਕੈਟਗਰੀਆਂ 400 ਜੀ ਫੀਸ, ਜਨਰਲ ਅਤੇ ਹੋਰ ਕੈਟਾਗਰੀ ਲਈ 800 ਰੁਪਏ ਫੀਸ ਹੈ। ਠੀਕ ਹੈ ਜੀ, ਫੀਸ ਦਾ ਕਲੀਅਰ ਹੋ ਗਿਆ। ਹੁਣ ਗੱਲ ਕਰਦੇ ਆਪਾਂ ਅਪਲਾਈ ਦਾ। ਅਪਲਾਈ ਲਈ ਤੁਸੀਂ ਜਿਹੜਾ ਪਹਿਲਾਂ ਫਾਰਮ ਫਿਲ ਕੀਤਾ ਸੀ, ਤੁਹਾਨੂੰ ਉਸ ਟਾਈਮ ਰਜਿਸਟ੍ਰੇਸ਼ਨ ਨੰਬਰ ਪਾਸਵਰਡ ਮਿਲਿਆ ਸੀ, ਉਹਨੂੰ ਤੁਸੀਂ ਫਿਲ ਕਰੋਗੇ। ਫਿਲ ਕਰਨ ਤੋਂ ਬਾਅਦ ਤੁਸੀਂ ਲੌਗਇਨ ਕਰੋਗੇ। ਉਸ ਤੋਂ ਬਾਅਦ ਤੁਸੀਂ ਜਿਹੜੇ ਤੁਸੀਂ ਪੇਮੈਂਟ ਕਟਵਾ ਸਕਦੇ ਹੋ, ਕਿਸੇ ਵੀ ਇੰਟਰਨੈਟ ਬੈਂਕ ਨੇ ਕ੍ਰੈਡਿਟ ਕਾਰਡ ਡੈਬਿਟ ਨਾਲ ਕਟਵਾ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਇਹਦਾ ਪ੍ਰਿੰਟ ਆਊਟ ਕੱਢ ਲੈਣਾ। ਇਸ ਤਰ੍ਹਾਂ ਤੁਸੀਂ ਬੜੀ ਹੀ ਆਸਾਨੀ ਦੇ ਨਾਲ ਜਿਹੜੀ ਇਹ ਫੀਸ ਆ ਇਹ ਭਰ ਸਕਦੇ ਜੀ, ਜੋ 59-94 ਵੈਕੈਂਸੀ ਆਈਆਂ ਸਨ। ਠੀਕ ਹੈ ਜੀ, ਵੀਡੀਓ ਵਧੀਆ ਹੋਈ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਅਤੇ ਠੀਕ ਹੈ, ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਰੋਜ਼ਾਨਾ ਪੋਸਟਾਂ ਜਾਣ ਕਰ ਲਈ ਤੁਸੀਂ ਸਰਕਾਰੀ ਪੋਸਟਾਂ, ਠੀਕ ਹੈ ਜੀ, ਅਤੇ ਵਟਸਅਪ, ਫੇਸਬੁੱਕ ਅਤੇ ਵਟਸਅਪ ਯਾਨੀ ਕਿ ਇੰਸਟਾਗ੍ਰਾਮ ਵਗੈਰਾ ਤੋਂ ਤੁਸੀਂ ਜੁਆਇਨ ਕਰ ਸਕਦੇ ਹੋ। ਠੀਕ ਹੈ, ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ, ਜਿਸ ਤੁਹਾਡੇ ਲਈ ਡੇਲੀ ਪੋਸਟਾਂ ਦੀ ਇਨਫੋਰਮੇਸ਼ਨ ਲੈ ਕੇ ਆਉਂਦੇ ਹਾਂ। ਠੀਕ ਹੈ ਜੀ ਦੋਸਤੋ, ਧੰਨਵਾਦ।